हेलो स्टूडेंट्स इन आवर टुडेज वीडियो वी आर गोइंग टू डिस्कस लॉन्ग क्वेश्चंस ऑफ पोयम 19 दैट इज द कंजर्स रिवेंज लास्ट वीडियो ਚ ਆਪਾਂ ਇਹਦੇ ਸ਼ਾਰਟ ਕੁਐਸ਼ਨਸ ਕੀਤੇ ਸੀ ਤੇ ਅੱਜ ਆਪਾਂ ਇਹਦੇ ਲੌਂਗ ਕੁਐਸ਼ਨਸ ਕਰਾਂਗੇ ਤੇ ਜਿਹੜਾ ਇਹਦਾ ਫਰਸਟ ਕੁਐਸ਼ਨ ਹੈ ਉਹ ਤੁਹਾਨੂੰ लर्न ਕਰਨ ਦੀ ਲੋੜ ਨਹੀਂ ਹੈਗੀ ਇਹ ਇੰਪੋਰਟੈਂਟ ਨਹੀਂ ਹੈਗਾ ਆਪਾਂ ਇਹਦੇ ਸਿਰਫ ਇੰਪੋਰਟੈਂਟ ਇੰਪੋਰਟੈਂਟ ਕੁਐਸ਼ਨਸ ਹੀ ਕਰਾਂਗੇ ਸੈਕਿੰਡ ਕੁਐਸਚਨ ਹੈ ਹਾਊ ਡਿਡ ਦ ਕੰਜਰ ਹੈਵ ਹੈਜ਼ ਹੈਵ ਹਿਸ ਰਿਵੈਂਜ ਔਨ ਦ ਕੁਇਕ ਮੈਨ ਕਹਿੰਦੇ ਜਿਹੜਾ ਮੈਜੀਸ਼ੀਅਨ ਸੀਗਾ ਉਹਨੇ ਆਪਣਾ ਕੁਇਕ ਮੈਨ ਤੋਂ ਕਿਵੇਂ ਰਿਵੈਂਜ ਲਿਆ ਅ ਕੰਜਰ ਇਜ਼ ਅ ਮੈਜੀਸ਼ੀਅਨ ਕਹਿੰਦੇ ਜਿਹੜਾ ਕੰਜਰ ਸੀ ਉਹ ਇੱਕ ਮੈਜੀਸ਼ੀਅਨ ਸੀ ਜਾਦੂਗਰ ਸੀ ਹੀ ਸ਼ੋਜ਼ ਟ੍ਰਿਕਸ ਟੂ ਦ ਪੀਪਲ ਐਂਡ ਅਮਿਊਜ਼ਸ देम ਕਹਿੰਦੇ ਉਹ ਲੋਕਾਂ ਨੂੰ ਟ੍ਰਿਕਸ ਦਿਖਾਉਂਦਾ ਸੀ ਤੇ ਉਹਨਾਂ ਨੂੰ ਹਸਾਉਂਦਾ ਸੀ ਹੀ ਹੈਜ਼ ਅ ਸਰਟਨ ਅਮਾਊਂਟ ਆਫ ਸਕਿੱਲ with which he shows his tricks and earns his living kende ohne kuch kida de tricks bachcha matlab lokan nu dikhaundi ohde vich skill sigi ki oh lokan nu oh dikhaunda tricks te apni jehdi zindagi bita karan layi paise kamaunda si he performs his tricks with the slight of hand kende oh sirf matlab hathaan wali tricks ਕਰ ਲੈਂਦਾ ਸੀਗਾ ਹੱਥ ਨੂੰ ਥੋੜਾ ਜਿਹਾ ਇੱਧਰ ਘੁਮਾਇਆ ਤਾਂ ਕੁਝ ਕੱਢਦਾ ਇੱਧਰ ਘੁਮਾਇਆ ਤਾਂ ਕੁਝ ਕੱਢਦਾ The conjurer in the lesson was showing his tricks to a group of people ਕਹਿੰਦੇ ਇਸ ਲੈਸਨ ਦੇ ਵਿੱਚ ਜਿਹੜਾ ਮੈਜੀਸ਼ੀਅਨ ਹੈ ਬਹੁਤ ਲੋਕਾਂ ਨੂੰ ਟ੍ਰਿਕਸ ਦਿਖਾਉਣਾ ਦਿਖਾਈ ਦਿੱਤਾ ਜਾ ਰਿਹਾ ਹੈ he started his show by taking a ball of goldfish from an empty cloth ਕਹਿੰਦੇ ਆਪਣਾ ਜਿਹੜਾ ਸ਼ੋਅ ਹੈ ਸਟਾਰਟਿੰਗ ਦੇ ਵਿੱਚ ਕੀ ਕਰਦਾ ਹੈ ਇੱਕ ਕੱਪੜੇ ਤੋਂ ਖਾਲੀ ਕੱਪੜੇ ਤੋਂ 골ਡਫਿਸ਼ ਬੌਲ ਕਢਾਲਦਾ ਹੈ ਮੋਸਟ ਆਫ ਦਾ ਪੀਪਲ ਪ੍ਰੇਜ਼ਡ ਹਿਮ ਫੋਰ ਹਿਸ ਸਕਿੱਲ ਕਹਿੰਦੇ ਜ਼ਿਆਦਾਤਰ ਲੋਕ ਉਹਨੂੰ ਉਹਦੀ ਇਸ ਸਕਿੱਲ ਕਰਕੇ ਪ੍ਰੇਜ਼ ਕਰਦੇ ਨੇ ਉਹਦੀ ਤਾਰੀਫ਼ ਕਰਦੇ ਨੇ ਬਟ ਥੇਅਰ ਵਾਸ ਅ ਕੁਇਕ ਮੈਨ ਹੂ ਟੋਲਡ ਦਾ ਪੀਪਲ ਅਰਾਊਂਡ ਥੈਟ ਦਾ ਕੰਜਰ ਹੈਡ ਦਾ ਬੌਲ ਆਫ 골ਡਫਿਸ਼ ਅਪ ਹਿਸ 슬ੀਵ ਕਹਿੰਦੇ ਪਰ ਉਥੇ ਇੱਕ ਕੁਇਕ ਮੈਨ ਸੀ ਠੀਕ ਹੈ ਉਹਦਾ ਨਾਮ ਹੀ ਕੁਇਕ ਮੈਨ ਦੱਸਿਆ ਗਿਆ ਬੰਦੇ ਦਾ ਤੇ ਕਹਿੰਦੇ ਉਹ ਨਾ ਸਾਰੇ ਲੋਕਾਂ ਨੂੰ ਕਹਿੰਦਾ ਕਿ ਇਸ ਕੋਲੇ ਮੈਜਿਸ਼ੀਅਨ ਦੀ ਜਿਹੜੀ ਬਾਜੂ ਦੇ ਵਿੱਚ ਇਹ ਪਾਇਆ ਹੋਇਆ ਸੀ ਉਹਨੇ ਉੱਥੋਂ ਦੀ ਬੋਲ ਕੱਢ ਕੇ ਆਪਾਂ ਨੂੰ ਦਿਖਾਤਾ The people agreed with the quick man ਕਹਿੰਦੇ ਲੋਕ ਕੁਇਕ ਮੈਨ ਤੋਂ ਐਗਰੀ ਹੁੰਦੇ ਨੇ ਸਹਿਮਤ ਹੁੰਦੇ ਆ Then the conjurer showed his trick of Hindustani rings ਕਹਿੰਦੇ ਉਸ ਵਾਰ ਜਿਹੜਾ ਮੈਜਿਸ਼ੀਅਨ ਹੁੰਦਾ ਹਿੰਦੁਸਤਾਨੀ ਰਿੰਗਸ ਨਾਲ ਟ੍ਰਿਕ ਦਿਖਾਉਂਦਾ ਹੀ ਜੁਆਇੰਡ ਦਾ ਸੈਪਰੇਟ ਰਿੰਗਸ ਪਹਿਲਾਂ ਕੀ ਹੁੰਦੀਆਂ ਨੇ ਰਿੰਗਸ ਅਲੱਗ-ਅਲੱਗ ਹੁੰਦੀਆਂ ਨੇ ਜਦੋਂ ਨੀਚੇ ਗੇਰਦਾ ਤਾਂ ਰਿੰਗਸ ਜੁੜ ਜਾਂਦੀਆਂ ਨੇ ਪੀਪਲ ਵਰ ਸਰਪ੍ਰਾਈਜ਼ਡ ਕਹਿੰਦੇ ਲੋਕ ਬਹੁਤ ਸਰਪ੍ਰਾਈਜ਼ਡ ਹੁੰਦੇ ਨੇ ਬਟ ਦ ਕੁਇਕ ਮੈਨ ਅਗੇਨ ਸੈਡ ਥੈਟ ਹੀ ਹੈਡ ਅਨਦਰ ਲੋਟ ਆਫ ਹਿਸ ਸਲੀਵ ਪਰ ਕਹਿੰਦੇ ਕੁਇਕ ਮੈਨ ਫੇਰ ਕਹਿੰਦਾ ਵੀ ਇਹਦੀ ਬਾਜੂ ਦੇ ਵਿੱਚ ਹੋਰ ਜੁੜੀਆਂ ਹੋਈਆਂ ਰਿੰਗਸ ਸੀਗੀਆਂ Then the conjurer showed the trick of taking out of a number of eggs from a hat. Can the a magician see a hat? They wish eggs got The quick man again said that the conjurer had a hand up his sleeve. The quick man can the be conjurer. The sleeve they wish hand ne, he out hold ye eggs. It went on like that. The conjurer decided to teach the. ਕੁਇਕ ਮੈਨ ਅ ਲਾਸਨ ਕਹਿੰਦੇ ਉਹਦੇ ਹਰ ਇੱਕ ਟ੍ਰਿਕ ਤੇ ਪਾਣੀ ਫੇਰੀ ਜਾ ਰਿਹਾ ਸੀ ਤਾਂ ਕੋਈ ਇੱਕ ਮੈਜਿਸ਼ੀਅਨ ਸੋਚਿਆ ਵੀ ਮੈਂ ਇਹਨੂੰ ਸਬਕ ਜ਼ਰੂਰ ਸਿਖਾਉਂਗਾ ਇਟ ਵਾਸ ਕਲੀਅਰ ਫਰੋਮ ਦਾ ਵਿਸਪਰਸ ਆਫ ਕੁਇਕ ਮੈਨ ਦੈਟ ਦਾ ਕੰਜਰ ਹੈਡ ਹਿਡਨ ਮੋਸਟ ਥਿੰਗਸ ਅਪ ਹਿਸ 슬ੀਵਜ਼ ਕਹਿੰਦੇ ਕੋਈ ਇੱਕ ਮੈਨ ਦੀ ਗੱਲਾਂ ਤੋਂ ਪਤਾ ਲੱਗ ਰਿਹਾ ਸੀ ਵੀ ਜਿਹੜਾ ਕੰਜਰ ਹੈ ਮੈਜਿਕ ਮੈਜਿਸ਼ੀਅਨ ਹੈ ਉਹਨੇ ਆਪਣੀਆਂ ਬਾਜੂ ਦੇ ਵਿੱਚ ਬਹੁਤ ਚੀਜ਼ਾਂ ਲੁਕੋਈਆਂ ਹੋਈਆਂ ਸੀ ਹੀ ਟੋਲਡ ਦਾ ਗੈਦਰਿੰਗ ਦੈਟ He was going to end the show. Kende jehda magician si oh lokan nu kenda peed nu kenda ve main show nu end kar reha. But he requested to quick man to lend him his gold watch. Kende par oh quick man nu request kardda hai ki mainu apni gold watch de de. Show dikhan layi matlab koi trick dikhan layi. He took his permission to put it into the mortar and grind it. two pieces kendeo oh uno oh to permission lenda ki main nu mortar de vich pa ke de pieces matlab ik machine hundi hai te ode oh vich pa ke main de pieces kar da the quick man again said that he had slipped the watch up his sleeve the quick man pher kenda vi ohne apni baaju de vich utte nu uh, jehdi woh si gi watch si ohnu you know, upar nu no pa liya then he took the quick man's hanger chief and ਪੰਜ ਹੋਲਸ ਇਨ ਇਟ ਕਹਿੰਦੇ ਉਸ ਤੋਂ ਬਾਅਦ ਉਹ ਕੋਈ ਇੱਕ ਮੈਨ ਦਾ ਹੈਂਕੀ ਲੈਂਦਾ ਤੇ ਉਹਦੇ ਵਿੱਚ ਬਹੁਤ ਸਾਰੇ ਹੋਲ ਕਰ ਦਿੰਦਾ ਆਫਟਰ 댓 ਹੀ ਟੁਕ ਹਿਸ ਸਿਲਕ ਹਟ ਐਂਡ ਕ੍ਰਸ਼ਡ ਇਟ ਬਾਈ ਡਾਂਸਿੰਗ ਕਹਿੰਦੇ ਉਸ ਤੋਂ ਬਾਅਦ ਉਹਦੀ ਸਿਲਕ ਦੀ ਹਟ ਲੈਂਦਾ ਤੇ ਉਹ ਹਟ ਨੂੰ ਤੇ ਡਾਂਸ ਕਰਕੇ ਉਹਨੂੰ ਪੂਰੀ ਕ੍ਰਸ਼ ਕਰ ਦਿੰਦਾ ਥੈਨ ਹੀ ਬਰਨਡ ਹਿਸ ਕੋਲਰ ਉਸ ਤੋਂ ਬਾਅਦ ਉਹਦਾ ਕੋਲਰ ਜਲਾ ਦਿੰਦਾ Then he took his permission to smash his glasses fir odne aanak lagai hundi hai oh aanka nu tod fod dinda the quick man looked puzzled kande jehda quick man ho puzzle ho janda he was unable to give any reason for what the conjurer had done kande ohnu samajh nahi aunda ve jehda magician hai oh kyon eh sara kuch kar rha ohdas mann kyon spoil kar rha he then told the gathering that he could paint green strips on his overcoat and tie his braces in a knot then the certain then the curtain fell the conjurer took reverence kendra sabado <laughs> lokanu kanda hai jehdi odi overcoat de strips ne ohna nu green paint kar duga theek hai is tarah jada curtain se yo gir janda te jada conjurer apna ਰਿਵੈਂਜ ਲੈ ਲੈਂਦਾ ਮਤਲਬ ਉਹਦਾ ਸਾਰਾ ਕੁਝ ਉਹ ਖਰਾਬ ਕਰ ਦਿੰਦਾ ਤੇ ਸ਼ੋ ਖਤਮ ਹੋ ਜਾਂਦਾ ਉਹਦਾ ਬਦਲਾ ਵੀ ਪੂਰਾ ਹੋ ਜਾਂਦਾ ਹੈ ਨੈਕਸਟ ਕੁਐਸਚਨ ਹੈ ਇਹ ਕਰਨ ਦੀ ਲੋੜ ਨਹੀਂ ਥਰਡ ਤੇ ਫੋਰਥ ਕੁਐਸਚਨ ਕਰ ਲਿਓ ਇਹ ਥੀਮ ਹੈ ਦ ਸਟੋਰੀ ਥੀਮ ਕੀ ਹੈ ਦਾ ਕੰਜਰਸ ਰਿਵੈਂਜ ਦਾ ਦ ਸਟੋਰੀ ਗਿਵਸ ਅਸ ਦ ਆਈਡੀਆ ਥੈਟ ਵੀ ਸ਼ੁੱਡ ਨਾਟ ਮੇਕ ਫਨ ਆਫ ਦ ਸਕਿੱਲ অর ਪ੍ਰੋਫੈਸ਼ਨਲ ਨੋਲੇਜ ਆਫ ਅਨਦਰ ਪਰਸਨ ਕਹਿੰਦੇ ਸਟੋਰੀ ਸਾਨੂੰ ਇਹ ਦੱਸਦੀ ਹੈ ਵੀ ਕੋਈ ਹੋਰ ਸਕਿੱਲ ਦਾ ਜਾਂ ਫਿਰ ਹੋਰ ਕੋਈ ਪ੍ਰੋਫੈਸ਼ਨਲ ਨੌਲੇਜ ਦਾ ਕਿਸੇ ਹੋਰ ਬੰਦੇ ਦੀ ਜਿਹੜੀ ਖੂਬੀ ਆਪਣੇ ਚ ਨਹੀਂ ਹੈਗੀ ਕਿਸੇ ਹੋਰ ਵਿੱਚ ਹੈ ਉਹਦਾ ਪ੍ਰੋਫੈਸ਼ਨ ਹੈ ਸਾਨੂੰ ਉਹਦਾ ਕਦੇ ਵੀ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਇਟ ਇਜ਼ ਕਾਮਨ ਨੋਲੇਜ ਥੈਟ ਅ ਕੰਜੂਰ ਪਰਫਾਰਮਸ ਸੈਵਰਲ ਟ੍ਰਿਕਸ ਟੂ ਐਮਿਊਜ਼ ਅਨ ਆਦਰਜ਼ ਕੈਂਡ ਦੇ ਸਾਨੂੰ ਵੀ ਪਤਾ ਹੈ ਵੀ ਇਹ ਜਿਹੜੇ ਹੁਣ ਮੈਜੀਸ਼ੀਅਨ ਹੁੰਦੇ ਨੇ ਉਹ ਜਿੰਨੇ ਵੀ ਜਾਦੂ ਦਿਖਾਉਂਦੇ ਨੇ ਉਹ ਇਹ ਥੋੜੇ ਚੀਜ਼ ਖੁਦ ਪ੍ਰੋਡਿਊਸ ਹੁੰਦੀ ਆ ਉਹਨਾਂ ਨੇ ਕਿਤੇ ਨਾ ਕਿਤੇ ਆਪਣੇ ਕੱਪੜਿਆਂ ਦੇ ਵਿੱਚ ਆ ਜਿਵੇਂ ਵੀ ਲੁਕੋਈ ਹੁੰਦੀ ਆ ਤਾਂ ਉਹਨੂੰ ਆਪਣੀ ਅੱਖਾਂ ਦਾ ਲਗਾ ਲੋ ਹਨਾ ਤਾਂ ਔਖਾ ਹੁੰਦਾ ਉਹ 1 ਕੋ ਮਿੰਟ ਦੇ ਵਿੱਚ ਉਹਨਾਂ ਦੇ ਹੱਥ ਦੀ ਸਫਾਈ ਹੁੰਦੀ ਆਪਣੇ ਸਾਹਮਣੇ ਲਿਆਉਂਦੇ ਨੇ he makes use of this slight of hand kende hathaan naal kartaab dikhaunde ne he is quite experienced and he does not cheat others te woh bahut experienced hunde ne oh doosriyan nu thokha nahi de rahe hunde just hasare hunde ne it is wrong to think that he hides everything in his sleeves kende wrong hai sochana vi ohna ne sara kuch apne sleeves ch lukoya honda it is his art or professional skill that enables him to do certain feats kende ohdi kala hundi hai jo professional skill hundi hai jide karke oh edda di karamat dikhaunde ne a circus worker and a magician have special skill kende jehde circus de workers hun, uh, worker hunde ne ya magician hunde ne inna kole special skills hundiyan ne oh ik kone minute dekho kinni cheza gayab kar dinde ne kinni cheza produce kar dinde ne je aap pa kahi aap na hi kar sakde kyunki ohna kole hi kala hundi hai ਬਟ ਸਮ ਓਵਰ ਕਲੇਵਰ ਮੈਨ ਟਰਾਈ ਟੂ ਮੇਕ ਫਨ ਆਫ them ਪਰ ਕਹਿੰਦੇ ਕੁਝ ਓਵਰ ਕਲੇਵਰ ਜਿਹੜੇ ਲੋਕ ਹੁੰਦੇ ਆ ਉਹਨਾਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰਦੇ ਨੇ ਦ ਕੁਇਕ ਮੈਨ ਵਾਸ ਸੱਚ ਅ ਪਰਸਨ ਕਹਿੰਦੇ ਜਿਹੜਾ ਕੁਇਕ ਮੈਨ ਸੀ ਉਹ ਇਦਾਂ ਦਾ ਹੀ ਪਰਸਨ ਸੀ when other people praised him he told them that the conjurer was having all the things up his sleeves ਕਹਿੰਦੇ ਜਿਹੜਾ ਸਾਰੇ ਲੋਕ ਸੀਗੇ ਉਹਦੀ ਪ੍ਰੇਜ਼ ਕਰ ਰਹੇ ਸੀਗੇ ਕੰਜਰਰ ਦੀ ਬਟ ਜਿਹੜਾ ਕੁਇਕ ਮੈਨ ਸੀਗਾ ਉਹ ਹਰ ਇੱਕ ਗੱਲ ਤੇ ਕਹੀ ਜਾ ਰਿਹਾ ਸੀ ਕਿ ਇਹਨੇ ਆਪਣੀਆਂ 슬ੀਵਸ ਚ ਲਕੋਇਆ 슬ੀਵਸ ਚ ਲਕੋਇਆ ਬਟ ਹੀ ਵਾਸ ਕੰਪਲੀਟਲੀ ਪਜ਼ਲਡ ਵੈਨ ਦਾ ਕੰਜਰਰ ਬਰੋਕ ਹਿਸ ਗੋਲਡਨ ਵਾਚ ਬਰੰਟ ਹਿਸ ਕੋਲਰ ਐਂਡ ਕ੍ਰਸ਼ਡ ਹਿਸ ਸਿਲਕ ਹਟ ਦਾ ਕੁਇਕ ਮੈਨ ਫੈਲਟ ਸਮਾਲ ਕਹਿੰਦੇ ਉਹ ਪੂਰੀ ਤਰ੍ਹਾਂ ਪਜ਼ਲ ਹੋ ਗਿਆ ਸੀ ਜਦੋਂ ਜਿਹੜਾ ਕੰਜਰਰ ਸੀਗਾ ਉਹ ਉਹਦੇਸ ਮਾਨ ਹੈ ਜਿਹੜਾ ਉਹਨੂੰ ਖਰਾਬ ਕਰਦਾ ਸੀ ਉਹਦੀ ਗੋਲਡਨ ਵਾਚ ਤੋੜ ਦਿੰਦਾ ਸੀ ਤੇ ਉਹਦੀ ਕੋਲਰ ਨੂੰ ਬਰਨ ਕਰਤਾ ਸੀ ਤੇ ਉਹਦੀ ਸਿਲਕ ਹਟ ਖਰਾਬ ਕਰਤੀ ਸੀ ਹੈਨਾ ਤੇ ਜਿਹੜਾ ਕੁਇਕ ਮੈਨ ਉਸ ਟਾਈਮ ਬੜਾ ਮਤਲਬ ਆਪ ਦੇ ਆਪ ਨੂੰ ਸ਼ਾਈ ਫੀਲ ਕਰ ਰਿਹਾ ਸੀਗਾ ਹੀ ਥੋਟ ਥੈਟ ਹੀ ਵਾਸ ਓਵਰ ਕਲੇਵਰ ਬਟ ਇਟ ਵਾਸ ਰੋਂਗ ਔਨ ਹਿਸ ਪਾਰਟ ਸੋ ਟੂ ਥਿੰਗਸ ਸੋ ਕਹਿੰਦੇ ਉਹ ਸੋਚਦਾ ਸੀ ਵੀ ਮੈਂ ਬਹੁਤ ਓਵਰ ਕਲੇਵਰ ਆ ਪਰ ਉਹਨੂੰ ਐਂਡ ਵਿੱਚ ਪਤਾ ਲੱਗਦਾ ਕਿ ਇਦਾਂ ਦਾ ਕੁਝ ਵੀ ਨਹੀਂ ਹੈਗਾ ਦੈ ਨੈਕਸਟ ਕੁਸ਼ਨ ਹੈ ਇਹ ਵੀ ਕਰਨ ਦੀ ਲੋੜ ਨਹੀਂ ਹੈਗੀ ਉਸ ਤੋਂ ਨੈਕਸਟ ਹੈ ਗਿਵ ਅ ਬਰੀਫ ਕਰੈਕਟਰ ਸਕੈਚ ਆਫ ਦਾ ਕੁਇਕ ਮੈਨ ਬੇਸਡ ਔਨ ਦਾ ਸਟੋਰੀ ਦਾ ਕੰਜਰਸ ਅਵੈਂਜਰ ਇਸ ਦੇ ਵਿੱਚ ਕੋਈ ਕਰੈਕਟਰ ਸਕੈਚ ਹੈ ਕੁਇਕ ਮੈਨ ਦਾ ਤੇ ਇਹ ਕੁਸ਼ਨ ਕਰ ਲਿਓ ਟੋਟਲ 6 ਕੁਸ਼ਨਸ ਹੀ ਆਪਾਂ ਚੋ 3 ਹੀ ਕਰਾਂਗੇ ਸੈਕੰਡ 4ਥ ਐਂਡ 6ਥ ði ਕੁਇਕ ਮੈਨ ਇਨ ਦਾ ਸਟੋਰੀ ਵਾਸ ਐਨ ਓਵਰ ਕਲਾਵਰ ਪਰਸਨ ਕਹਿੰਦੇ ਜੀ ਸਟੋਰੀ ਦੇ ਵਿੱਚ ਜਿਹੜਾ ਕੁਇਕ ਮੈਨ ਆ ਉਹ ਇੱਕ ਓਵਰ ਕਲਾਵਰ ਪਰਸਨ ਹੈ ਹੀ ਅਟੈਕ to too much importance to his own knowledge kandeo apni knowledge nu no, matlab bahut zyada importance dinda si he was quite presumptuous once he went to see a conjurer's show with a friend kandeo matlab apne aap nu wali zyada jivein ba kande na baaki sare nu no, bevkuf samjhna apne aap nu intelligent samjhna edda samajhda si ਤੇ ਇੱਕ ਵਾਰੋ ਆਪਣੇ ਫਰੈਂਡ ਦੇ ਨਾਲ ਇੱਕ ਮੈਜੀਸ਼ੀਅਨ ਦਾ ਸ਼ੋਅ ਦੇਖਣ ਗਿਆ ਦਾ ਕੰਜਰ ਪਰਫਾਰਮਡ ਹਿਸ ਟ੍ਰਿਕਸ ਵਿਦ ਦਾ ਸਲਾਈਟ ਆਫ ਹੈਂਡ ਕਹਿੰਦੇ ਜਿਹੜਾ ਕੰਜਰ ਸੀ ਮੈਜੀਸ਼ੀਅਨ ਸੀ ਉਹ ਆਪਣੇ ਹੱਥਾਂ ਦੀ ਸਫਾਈ ਨਾਲ ਸ਼ੋਅ ਟ੍ਰਿਕਸ ਕਰ ਰਿਹਾ ਸੀਗਾ ਮੋਸਟ ਆਫ ਦਾ ਸਪੈਕਟਰਸ ਪ੍ਰੇਜ਼ਡ ਹਿਸ ਸਕਿੱਲ ਕਹਿੰਦੇ ਜ਼ਿਆਤਰ ਲੋਕ ਉਹਦੀ ਸਕਿੱਲ ਦੀ ਉਹਦੇ ਗੁਣ ਦੀ ਪ੍ਰੇਸ ਕਰ ਰਹੇ ਸੀ ਦਾ ਓਵਰਕੁਲੈਵਰ ਕੁਇਕ ਮੈਨ ਟੋਲਡ ਦਾ ਪੀਪਲ ਅਰਾਊਂਡ ਦੈਟ ਦਾ ਕੰਜਰ ਹੈਡ ਸਬਸਟੀਟਿਊਟ ਆਫ ਹਿਸ ਟ੍ਰਿਕ ਅਪ ਹਿਸ ਸਲੀਵ ਕਹਿੰਦੇ ਪਰ ਕੋਈ ਇੱਕ ਮੈਨ ਉਹਨਾਂ ਨੂੰ ਕਹੀ ਜਾ ਰਿਹਾ ਸੀਗਾ ਕਿ ਜਿਹੜਾ ਕੰਜਰ ਹੈ ਉਹਨੇ ਇਹ ਸਾਰੀਆਂ ਚੀਜ਼ਾਂ ਆਪਣੀ ਬਾਜੂ ਚ ਉੱਪਰ ਲਕੋਈਆਂ ਹੋਈਆਂ ਨੇ ਹੀ ਟ੍ਰਾਈ ਟੂ ਰਨ ਡਾਊਨ ਦਾ ਪ੍ਰੋਫੈਸ਼ਨਲ ਸਕਿੱਲ ਆਫ ਦਾ ਕੰਜਰ ਕਹਿੰਦੇ ਉਹ ਦੇ ਜਿਹੜਾ ਮੈਜੀਸ਼ੀਅਨ ਸੀਗਾ ਉਹਦੇ ਪ੍ਰੋਫੈਸ਼ਨਲ ਸਕਿੱਲ ਨੂੰ ਰਨ ਡਾਊਨ ਕਰ ਰਿਹਾ ਸੀ ਮਤਲਬ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਹਿਸ ਕ੍ਰਿਟੀਕਲ ਰਿਮਾਰਕਸ ਵਰ ਹਾਰਟਫੁਲ ਟੂ ਦਾ ਕੰਜਰ ਕਹਿੰਦੇ ਜਿਹੜੇ ਉਹਨੇ ਕ੍ਰਿਟੀਕਲ ਜੇ ਗੱਲਾਂ ਕਹੀਆਂ ਵੀ ਇਹਨੇ ਸਲੀਵ ਸਟਿਲ ਕੋ ਰੱਖਿਆ ਐਦਾ ਐਦਾ ਇਹ ਚੀਜ਼ਾਂ ਨੇ ਕੰਜਰ ਨੂੰ ਹਰਟ ਕੀਤਾ ਦਾ ਕੰਜਰ ਸ਼ੋਡ ਅ ਨੰਬਰ ਆਫ ਟ੍ਰਿਕਸ ਟੂ ਦਾ ਸਪੈਕਟਰਸ ਹਿਸ ਫਰਸਟ ਟ੍ਰਿਕ ਵਾਸ ਟੇਕਿੰਗ ਆਊਟ ਆਫ ਅ ਬਾਉਲ ਆਫ ਗੋਲਡ ਫਿਸ਼ ਫਰਮ ਐਨ ਐਮਪਟੀ ਕਲੋਥ ਉਸ ਤੋਂ ਬਾਅਦ ਦੇਖੋ ਸਾਰਾ ਸੈਕਿੰਡ ਕੁਐਸਚਨ ਵਾਲਾ ਲਿਖ ਸਕਦੇ ਹੋ ਵੀ ਉਹਰੇ ਫਰਸਟ ਨੰਬਰ ਤੇ ਟ੍ਰਿਕ ਕੀਤਾ ਸੈਕਿੰਡ ਤੇ ਕੀਤਾ ਥਰਡ ਤੇ ਕੀਤਾ ਕੁਇਕ ਮੈਨ ਨੇ ਇਦਾਂ ਕਿਹਾ ਠੀਕ ਹੈ ਤੇ ਲਾਸਟ ਦੇ ਵਿੱਚ ਕੋਈ ਕਮੈਂਟ ਨਾਲ ਇਦਾਂ ਹੋਇਆ ਹਨਾ ਕਿ ਉਹਨੇ ਕੰਜਨ ਨੇ ਉਹਦੀ ਸਾਰੀਆਂ ਚੀਜ਼ ਸਪੋਇਲ ਕਰਤੀਆਂ ਸੋ ਇਥੋਂ ਇਸ ਤੋਂ ਅੱਗੇ ਲਰਨ ਕਰਨ ਦੀ ਲੋੜ ਨਹੀਂ ਸ਼ਾਰਟ ਕੁਐਸਚਨਸ ਨੂੰ ਜਾਂ ਤਾਂ ਕੰਬਾਈਨ ਕਰਕੇ ਲਿਖ ਸਕਦੇ ਹੋ ਜਾਂ ਫਿਰ ਸੈਕਿੰਡ ਕੁਐਸਚਨ ਵਾਲਾ ਤੁਸੀਂ ਲਿਖ ਸਕਦੇ ਹੋ ਤਾਂ ਅੱਜ ਆਪਾਂ ਨੇ 19th ਪੋਇਮ ਸੀ ਜਿਹੜੀ ਉਹਨੂੰ ਕੰਪਲੀਟ ਕਰ ਲਿਆ ਤੇ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਵੀ ਚੈਪਟਰ ਹੈ ਜਿਹੜਾ ਉਹ ਸਮਝ ਆ ਗਿਆ ਹੋਊਗਾ ਥੈਂਕ ਯੂ